एक 14 तरीक नूं आशीष महाजन है जो दो डिवीजन नंबर 2 दे एरिए दे विच रहिंदा कमिश्नर जलंधर च। इहने एक कंप्लेंट दित्ती सी वी मैनू जिहड़े 2 व्यक्ति जिहड़े मेरे फोन दे उत्ते मैनू थ्रैट कर रहे हैं ते उहदे उत्ते उहनां नूं थ्रैटनिंग दे विच मैसेज भी आए सी वी 5 लाख रुपया सानूं दिओ नहीं अदरवाइज़ असीं तैनूं गोली मार देणा। इस तरीके दी जिहड़ी है लैंग्वेज वरती हुई सी। कुछ उहदे कन्वरसेशन वगैरह उहने फोन ते वी टैलीफोनिकली कीती। तां इहदे विच असीं मुकदमा नंबर 16 अंडर सैक्शन 384/506 34 IPC थाना डिवीजन नंबर 2 च दर्ज करके यदि जी साडे टीम ने तफ्तीश की। ये विच थाना डिवीजन नंबर 2 दे ते साडे CID टीम ने ये असी 2 बंदियां नूं जिहड़ा गिरफ्तार किया। जिहड़ा दोनों बंदियां ने कन्फैशन किया भी असी आ किया साडे तों गलती होगी ते इन्हां ने जिहड़ी इहतों रैनसम मनी मंगी सी। हुण असी फिलहाल इहनूं मानयोग कोर्ट च पेश करके अग्गे फरदर पुछगिछ कर सर कितों दे रहण वाले बंदे है ਜਿਹੜੇ 2 ਹੈ ਇੱਕ ਇਹਨਾਂ 'ਚੋਂ ਜਲੰਧਰ ਦਾ ਰਹਿਣ ਵਾਲਾ ਹੈ ਅਤੇ 2 ਵਿਅਕਤੀ ਹੈ ਜਿਨ੍ਹਾਂ ਦਾ ਇੱਕ ਹਰਦੀਪ ਸਿੰਘ ਆ ਔਰ ਫੈਪੀ ਇੱਕ ਪਰਮਜੀਤ ਸਿੰਘ। ਜਿਹੜਾ ਪਰਮਜੀਤ ਸਿੰਘ ਆ ਉਹ ਜਲੰਧਰ ਦਾ ਰਹਿਣ ਵਾਲਾ, ਹਰਦੀਪ ਸਿੰਘ ਆ ਉਹ ਲੁਧਿਆਣਾ ਦਾ ਰਹਿਣ ਵਾਲਾ। ਸਰ ਜੀ ਥ੍ਰੈਟ ਦੇਣ ਵਾਸਤੇ ਇਹੋ ਬੰਦਾ ਕਿਉਂ ਚੁਣਿਆ, ਕੀ ਲਿੰਕ ਹੈ ਕੋ ਕੋਈ? ਇਹਦੇ ਵਿੱਚੋਂ ਜਿਹੜਾ ਹਰਦੀਪ ਸਿੰਘ ਆ ਇਹ ਇਹਦੇ ਕੋਲ ਤਕਰੀਬਨ ਕੁਝ ਸਾਲ ਪਹਿਲਾਂ ਇਹਦੇ ਕੋਲ ਡਰਾਈਵਰ ਦਾ ਕੰਮ ਕੀਤਾ ਸੀ। ਇਹਨੇ ਬੜਾ ਈਜ਼ੀ ਟਾਸਕ ਦੇਖ ਕੇ ਵੀ ਮੇਰੇ ਮਾਲਕਾਂ ਬਾਰੇ ਇਹਨੂੰ ਪਤਾ ਸੀ। ਇਹਨੇ ਪੈਸੇ ਦੇ ਲਾਲਚ ਦੇ ਵਿੱਚ ਆਪਣੇ ਮਾਲਕ ਨੂੰ ਜਿਹੜਾ ਕੰਪਿਊਟਰ ਨੰਬਰ ਤੋਂ ਜਿਹੜਾ ਥ੍ਰੈਟ ਕਰਕੇ ਅਤੇ ਉਦੋਂ 5 ਲੱਖ ਰੁਪਏ ਦੀ ਮੰਗ ਕੀਤੀ ਸੀ। ਸਰ ਪ੍ਰੀਵੀਅਸ ਰਿਕਾਰਡਿੰਗ ਇਹਦਾ ਪ੍ਰੀਵੀਅਸ ਰਿਕਾਰਡ ਇਹਦੇ ਖਿਲਾਫ਼ ਇੱਕ ਪਹਿਲਾਂ ਜਿਹੜਾ ਚੋਰੀ ਦਾ ਮੁਕੱਦਮਾ ਵੀ ਦਰਜ ਹੈ, ਕ੍ਰਿਮੀਨਲ ਰਿਕਾਰਡ ਇਹਦੇ ਖਿਲਾਫ਼ ਹੈਗਾ। ਅਤੇ ਜਿਹੜਾ ਦੂਸਰਾ ਨਾਲ ਹੈਗਾ ਪਰਮਜੀਤ ਸਿੰਘ ਇਹਦੇ ਖਿਲਾਫ਼ ਇਹ ਵੀ ਜਿਹੜਾ ਇਹਦੇ ਕੋਲ ਪਹਿਲਾਂ ਕੰਮ ਕਰਦਾ ਸੀ, ਇਹਨੇ ਵੀ ਸੇਮ ਮੋਡਸ ਅਪਰੈਂਡੀ ਕਰਕੇ ਜਿਹੜਾ ਆਪਣੇ ਮਾਲਕ ਨੂੰ ਧਮਕਾ ਕੇ ਪੈਸੇ ਦੀ ਮੰਗ ਕੀਤੀ।